ਖਾਲਸਾ ਕਾਲਜ ਗਵਰਨਿੰਗ ਕਾਉਂਸਲ ਟੈਲੀਵਿਜ਼ਨ ਵੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਪਹੁੰਚੇ ਹਾਂ ਖਾਲਸਾ ਕਾਲਜ ਪਬਲਿਕ ਸਕੂਲ ਹੇਰ ਵਿਖੇ, ਜੋ ਕਿ ਬਹੁਤ ਹੀ ਵਧੀਆ ਸਕੂਲ ਖਾਲਸਾ ਕਾਲਜ ਗਵਰਨਿੰਗ ਕਾਉਂਸਲ ਦੀ ਅਧੀਨਗੀ ਹੇਠ ਚੱਲ ਰਿਹਾ। ਅੱਜ ਅਸੀਂ ਮਿਲਾਂਗੇ ਖਾਲਸਾ ਕਾਲਜ ਪਬਲਿਕ ਸਕੂਲ ਹੇਰ ਦੇ ਪ੍ਰਿੰਸੀਪਲ ਮੈਮ ਨੂੰ, ਜੋ ਕਿ ਆਪਣੇ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਬਾਰੇ ਸਾਡੇ ਸਰੋਤਿਆਂ ਨੂੰ ਦੱਸਣਗੇ, ਇੱਥੋਂ ਦੇ ਕੈਂਪਸ ਬਾਰੇ ਸਾਡੇ ਸਰੋਤਿਆਂ ਨੂੰ ਦੱਸਣਗੇ। ਆਓ ਆਪਾਂ ਰੁੱਖ ਕਰਦੇ ਹਾਂ ਖਾਲਸਾ ਕਾਲਜ ਪਬਲਿਕ ਸਕੂਲ ਹੇਰ ਦੇ ਅੰਦਰ ਨੂੰ ਅਤੇ ਆਪਾਂ ਮਿਲਦੇ ਹਾਂ ਇੱਥੋਂ ਦੇ ਪ੍ਰਿੰਸੀਪਲ ਮੈਮ ਨੂੰ। ਸਾਡੇ ਨਾਲ ਬੈਠੇ ਨੇ ਖਾਲਸਾ ਕਾਲਜ ਪਬਲਿਕ ਸਕੂਲ ਹੇਰ ਦੇ ਪ੍ਰਿੰਸੀਪਲ ਗੁਰਿੰਦਰਜੀਤ ਕੰਬੋਜ ਜੀ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ। ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ ਵੇਖ ਰਿਹਾ ਸਾਡੇ ਸਾਰੇ ਹੀ ਸਰੋਤਿਆਂ ਨੂੰ, ਇਸ ਸਕੂਲ ਦੇ ਸ਼ੁਰੂਆਤੀ ਦੌਰ ਬਾਰੇ ਦੱਸਿਓ ਮੈਮ ਕਿ ਕਦੋਂ ਇਸ ਸਕੂਲ ਦੀ ਸ਼ੁਰੂਆਤ ਹੋਈ। ਜਿਸ ਤਰ੍ਹਾਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਖਾਲਸਾ ਸੰਸਥਾਵਾਂ ਵਿੱਦਿਆ ਦੇ ਖੇਤਰ ਵਿੱਚ ਕਿੰਨਾ ਯੋਗਦਾਨ ਪਾ ਰਹੇ ਹਨ। ਸਾਲ 1892 ਤੋਂ ਖਾਲਸਾ ਸੰਸਥਾਵਾਂ ਦਾ ਵਿੱਦਿਆ ਦੇ ਖੇਤਰ ਵਿੱਚ ਬਹੁਮੁੱਲਾ ਯੋਗਦਾਨ ਹੈ। ਸੁਪਨੇ ਉਹ ਨਹੀਂ ਹੁੰਦੇ ਜਿਹੜੇ ਅਸੀਂ ਸੁੱਤਿਆਂ ਪਿਆ ਵੇਖਦੇ ਹਾਂ, ਬਲਕਿ ਸੁਪਨੇ ਉਹ ਹੁੰਦੇ ਹਨ ਜਿਹੜੇ ਸਾਨੂੰ ਸੌਣ ਨਹੀਂ ਦਿੰਦੇ। ਖਾਲਸਾ ਕਾਲਜ ਪਬਲਿਕ ਸਕੂਲ ਹੇਅਰ, ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਪ੍ਰੈਜ਼ੀਡੈਂਟ ਸਰ ਸਰਦਾਰ ਸਤਿਆਜੀਤ ਸਿੰਘ ਜੀ ਨੇ ਚਿੱਠੀਆਂ, ਆਨਰੇਰੀ ਸੈਕਟਰੀ ਸਰਦਾਰ ਰਜਿੰਦਰ ਮੋਹਨ ਸਿੰਘ ਜੀ ਚੀਨਾ, ਜੁਆਇੰਟ ਸੈਕਟਰੀ ਸਰਦਾਰ ਅਜਮੇਰ ਸਿੰਘ ਹੇਰ ਵੱਲੋਂ ਜਾਗਦਿਆਂ ਹੋਇਆਂ ਵੇਖੇ ਸੁਪਨੇ ਦੀ ਉਪਜ ਹੈ। ਕਿਉਂਕਿ ਸਾਡੇ ਪ੍ਰਧਾਨ ਸਾਹਿਬ ਦੀ ਦਿਲੀ ਇੱਛਾ ਸੀ ਕਿ ਪੇਂਡੂ ਖੇਤਰ ਦੇ ਵਸਨੀਕਾਂ ਦੇ ਬੱਚੇ ਵੀ ਸ਼ਹਿਰੀ ਖੇਤਰ ਦੇ ਬੱਚਿਆਂ ਵਸਨੀਕਾਂ ਦੇ ਬੱਚਿਆਂ ਵਾਂਗੂ ਵਿੱਦਿਆ ਹਾਸਲ ਕਰਨ। ਆਪਣੇ ਸੁਪਨੇ ਨੂੰ ਅਮਲੀ ਰੂਪ ਦਿੰਦਿਆਂ 25 ਨਵੰਬਰ 2006 ਨੂੰ ਖਾਲਸਾ ਕਾਲਜ ਪਬਲਿਕ ਸਕੂਲ ਹੇਰ ਦੀ ਬਿਲਡਿੰਗ ਦਾ ਐਜੂਕੇਸ਼ਨ ਪ੍ਰਮੋਟ ਕਰਨ ਲਈ ਪਹਿਲੇ 3 ਸਾਲਾਂ ਦੌਰਾਨ ਜਿਹੜਾ ਵੀ ਵਿਦਿਆਰਥੀ ਸਕੂਲ ਵਿੱਚ ਦਾਖਲ ਹੋਇਆ ਉਸਦੇ ਭੈਣ ਭਰਾਵਾਂ ਨੂੰ ਮੁਫ਼ਤ ਵਿਦਿਆ ਦਿੱਤੀ ਜਾਂਦੀ। ਜਿਹੜਾ ਪਹਿਲੇ ਬੱਚੇ ਆਏ ਸੀ ਉਹ ਪਹਿਲੇ 3 ਸਾਲ 'ਚ ਜਿਹੜੇ ਵੀ ਵਿਦਿਆਰਥੀ ਆਏ ਉਹਨਾਂ ਦੇ ਭੈਣ ਭਰਾਵਾਂ ਵਿਦਿਆਰਥੀ ਦਾਖਲ ਹੋਇਆ, ਪਰ ਉਹਨਾਂ ਦੇ ਭੈਣ ਭਰਾਵਾਂ ਕੋਲੋਂ ਕੋਈ ਦਾਖਲਾ ਫੀਸ ਨਹੀਂ ਦਿੱਤੀ ਗਈ, ਉਹਨਾਂ ਨੂੰ ਮੁਫ਼ਤ ਵਿਦਿਆ ਦਿੱਤੀ ਗਈ। ਇਹ ਸਾਡੇ ਗਵਰਨਿੰਗ ਕੌਂਸਲ ਦਾ ਸਿੱਖਿਆ ਨੂੰ ਪ੍ਰਮੋਟ ਕਰਨ ਦਾ ਇੱਕ ਉਪਰਾਲਾ ਸੀ। ਅੱਛਾ ਮੈਮ, ਦੱਸਿਓ ਤੁਸੀਂ ਕਿ ਤੁਸੀਂ ਪੇਂਡੂ ਖੇਤਰ ਦੇ ਵਿੱਚ ਬਹੁਤ ਲਾਭਵਾਨ ਸਕੂਲ ਆ ਔਰ ਇਹਦੇ ਵਿੱਚ ਦੂਰ ਦੁਰਾਡੇ ਤੋਂ ਬੱਚੇ ਪੜ੍ਹਦੇ ਨੇ, ਕੀ ਖਾਸੀਅਤ ਆ ਇੱਥੋਂ ਦਾ ਬੇਨਤੀ ਸਟਾਫ, ਤੁਹਾਡੀ ਚੰਗੀ ਅਗਵਾਈ ਆ, ਮੈਨੇਜਮੈਂਟ ਦਾ ਬਹੁਤ ਵਕਤ ਵੀ ਸਾਥ ਆ, ਔਰ ਕੀ ਖਾਸੀਅਤ ਆ ਕਿ ਇਸ ਸਕੂਲ ਨੂੰ ਵੀ ਲੋਕ ਜ਼ਿਆਦਾ ਆਪਣੇ ਬੱਚਿਆਂ ਨੂੰ ਇੱਥੇ ਹੀ ਕਿਉਂ ਦੱਸ ਰਿਹਾ ਹੈ। ਪੇਂਡੂ ਖੇਤਰ ਦੇ ਵਿੱਚ ਪਹਿਲੇ ਗੌਰਮੈਂਟ ਸਕੂਲ ਸੀ, ਹਰ ਮਾਂ ਪਿਓ ਦੀ ਇੱਛਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਵਧੀਆ ਤੋਂ ਵਧੀਆ ਵਿੱਦਿਆ ਹਾਸਲ ਕਰਵਾਵੇ। ਉਹ ਵੀ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਸੈਂਟਰਲ ਬੋਰਡ ਤੋਂ ਐਜੂਕੇਸ਼ਨ ਹਾਸਲ ਕਰਨ। ਇਸ ਕਰਕੇ ਸਭ ਤੋਂ ਪਹਿਲਾਂ ਅਸੀਂ 2014 ਵਿੱਚ ਸਕੂਲ ਨੂੰ CBSE ਨਵੀਂ ਦਿੱਲੀ ਨਾਲ ਅਫੀਲੀਏਟ ਕਰਵਾਇਆ। ਉਦੋਂ ਸਾਨੂੰ 3 ਸਾਲਾਂ ਦੀ ਅਫੀਲੀਏਸ਼ਨ ਮਿਲੀ ਜੋ ਅਸੀਂ ਬਾਅਦ ਵਿੱਚ ਐਕਸਟੈਂਡ ਕਰਵਾਈ ਅਤੇ ਹੁਣ 2022 ਤੱਕ ਸਾਨੂੰ ਉਸ ਤੋਂ ਬਾਅਦ 5 ਸਾਲ ਦੀ ਅਫੀਲੀਏਸ਼ਨ ਐਕਸਟੈਂਡ ਹੋਈ। 2022 ਤੱਕ ਸਾਡਾ ਸਕੂਲ ਜਿਹੜਾ ਹੈਗਾ CBSE ਬੋਰਡ ਦੇ ਨਾਲ ਹੀ ਅਫੀਲੀਏਟ ਹੈ। ਸਾਨੂੰ RTE ਵੱਲੋਂ ਵੀ ਪੱਕੀ ਮਾਨਤਾ ਪ੍ਰਾਪਤ ਹੋਈ। ਪਿਛਲੇ 5 ਸਾਲ ਤੋਂ 10ਵੀਂ ਜਮਾਤ ਦੇ ਵਿਦਿਆਰਥੀ ਸੈਂਟਰਲ ਬੋਰਡ ਸੈਕੰਡਰੀ ਐਜੂਕੇਸ਼ਨ ਦੀ ਪ੍ਰੀਖਿਆ ਦਿੰਦੇ ਨੇ, 100% ਰਿਜ਼ਲਟ ਆਉਂਦੇ ਨੇ ਔਰ ਦੂਜੇ ਸਕੂਲਾਂ ਦੇ ਮੁਕਾਬਲੇ ਹੇਅਰ ਸਕੂਲ ਦੀ ਫੀਸ ਬਹੁਤ ਹੀ ਘੱਟ ਹੈ, ਤਾਂ ਜੋ ਸਧਾਰਨ ਪਰਿਵਾਰਾਂ ਦੇ ਬੱਚੇ ਵੀ ਉੱਚ ਸਿੱਖਿਆ ਹਾਸਲ ਕਰਕੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਕਹਿ ਸਕਦੇ ਹਾਂ ਕਿ ਥੋੜ੍ਹੀ ਫੀਸ ਰੱਖ ਕੇ ਔਰ ਤੁਸੀਂ ਇੱਕ ਸਮਾਜ ਦੇ ਵਿੱਚ ਸੇਵਾ ਵੀ ਕਰ ਰਹੇ ਹੋ ਔਰ ਬੱਚਿਆਂ ਨੂੰ ਪੂਰਾ ਗਿਆਨ ਵੀ ਦੇ ਰਹੇ ਹੋ। ਸਾਡੇ ਸਰੋਤਿਆਂ ਨੂੰ ਦੱਸਿਓ ਕਿ ਇੱਥੋਂ ਦੇ ਜਿਹੜੇ ਪੜ੍ਹ ਕੇ ਨਿਕਲ ਚੁੱਕੇ ਬੱਚੇ ਨੇ, ਤੁਹਾਡੇ ਰਿਲੀਜ਼ ਜਿਹੜੇ ਨੇ ਉਹ ਵੱਖ ਵੱਖ ਜਗ੍ਹਾ 'ਤੇ ਮੱਲਾ ਮਾਰ ਰਹੇ ਨੇ। ਹਾਂਜੀ, ਸਾਡੇ ਸਕੂਲ ਤੋਂ 10ਵੀਂ ਪਾਸ ਕਰਨ ਤੋਂ ਬਾਅਦ ਬਹੁਤੇ ਵਿਦਿਆਰਥੀ ਸਾਡੇ ਹੀ ਸੰਸਥਾ ਦੇ ਅਧੀਨ ਸਕੂਲ ਹੈ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ,
उधर जाके दाखिल होंगे ने। और इस बारी साढ़े स्कूल के दसवीं के पढ़े बच्चे इंटरनेशनल स्कूल के जाके फर्स्ट सैकेंड पोजिशन से आए हैं, क्योंकि उन्हों का बेस वधिया सी ते इसे करके वो शहरी बच्चों नाल कंपीट करके उन्हों तो अगे वधे ने। साढ़े लिए भी बड़े मान की गल है कि साढ़े पढ़े बच्चे और भी पेंडू खेत्र के पढ़ के और उन्होंने बच्चे ने जिन्हों का स्कूल शहरी बन के पढ़ रहे बच्चे है उन्होंने नाम एक मुकाबला और जितया। अच्छा मैम दस्यो जी को करिकुलर एक्टिविटी ਦੇ ਵਿੱਚ ਬੱਚੇ ਪਾਰਟਿਸਿਪੇਟ ਕਰਦੇ ਨੇ ਜੀ ਤੁਹਾਡੇ? ਬਿਲਕੁਲ ਜੀ, ਉਹ ਹੈਲਦੀ ਮਾਈਂਡ ਲਿਵਸ ਇਨ ਅ ਹੈਲਦੀ ਬੋਡੀ। ਅਸੀਂ ਬੱਚਿਆਂ ਨੂੰ ਪੂਰਾ ਖੇਡਾਂ ਦਾ ਮਹੱਤਵ ਸਮਝਾਉਂਦੇ ਹੋਏ ਤਾਂ, ਕਿਉਂਕਿ ਅਗਰ ਉਹਨਾਂ ਦੀ ਸਿਹਤ ਚੰਗੀ ਹੋਏਗੀ ਤਾਂ ਹੀ ਉਹ ਪੜ੍ਹਾਈ ਵੀ ਵਧੀਆ ਤਰੀਕੇ ਨਾਲ ਕਰ ਸਕਦੇ। ਸਕੂਲ ਦਾ ਇਨਫਰਾਸਟ੍ਰਕਚਰ ਬਹੁਤ ਵਧੀਆ ਹੈ, ਵਿਸ਼ਾਲ ਗਰਾਊਂਡਾਂ ਨੇ, ਬੱਚੇ ਜੇ ਆਪਣੀ ਮਨਪਸੰਦ ਖੇਡ ਦੀ ਪ੍ਰੈਕਟਿਸ ਕਰ ਸਕਦੇ ਹਨ, ਜਿਹੜੇ ਕਿ ਉਹ ਬਾਅਦ ਵਿੱਚ CBSE ਦੁਆਰਾ ਰੱਖੇ ਗਏ ਸਪੋਰਟਸ ਕੰਪੀਟੀਸ਼ਨ, ਪੰਜਾਬ ਗਵਰਨਮੈਂਟ ਦੁਆਰਾ ਰੱਖੇ ਗਏ ਸਪੋਰਟ ਕੰਪੀਟੀਸ਼ਨ ਦੇ ਵਿੱਚ ਭਾਗ ਵੀ ਲੈਂਦੇ ਨੇ ਅਤੇ ਸਕੂਲ ਦਾ ਨਾਮ ਵੀ ਰੋਸ਼ਨ ਕਰਦੇ ਨੇ। ਇਹ ਸੀਗਾ ਆਪਣਾ ਅਕੈਡੈਮਿਕ ਪੱਖ ਅਤੇ ਦੂਸਰਾ ਸੀਗਾ ਕਲਚਰਲ ਐਕਟੀਵਿਟੀਜ਼ ਦੀਆਂ। ਹੁਣ ਸਾਡੇ ਸਰੋਤਿਆਂ ਨੂੰ ਸਪੋਰਟਸ ਦੇ ਖੇਤਰ 'ਚ ਤੁਹਾਡੇ ਬੱਚਿਆਂ ਦਾ ਯੋਗਦਾਨ ਕਿੰਨਾ ਵਾ, ਕਿੱਦਾਂ ਦਾ ਰਿਹਾ ਵਾ, ਉਹਦੇ ਬਾਰੇ ਦੱਸਿਓ ਜੀ। ਅਸੀਂ ਖੇਡਾਂ ਨੂੰ ਪ੍ਰਮੋਟ ਕਰਨ ਲਈ ਸਾਡੇ ਚੈਰੀਟੇਬਲ ਸੁਸਾਇਟੀ ਵੱਲੋਂ ਵੀ ਹਰ ਸਾਲ ਆਪਣੇ ਅਧੀਨ ਆਉਂਦੇ ਸਕੂਲਾਂ ਦੇ ਦਰਮਿਆਨ ਇੰਟਰ ਖਾਲਸਾ ਸਪੋਰਟਸ ਮੀਟ ਕਰਵਾਈ ਜਾਂਦੀ ਹੈ। ਸਾਡੇ ਬੱਚੇ ਉੱਥੇ ਸ਼ਹਿਰ ਦੇ ਸਕੂਲਾਂ ਦੇ ਬੱਚਿਆਂ ਨਾਲ ਕੰਪੀਟ ਕਰਕੇ ਬੜੇ ਇਨਾਮ ਜਿੱਤ ਕੇ ਲਿਆਉਂਦੇ ਨੇ। ਔਰ ਸਕੂਲ ਦੇ ਵਿੱਚ ਵਾਲੀਬਾਲ ਟੀਮ ਹੈ, ਗਰਲਸ ਦੀ ਵਾਲੀਬਾਲ ਟੀਮ ਵੀ ਹਮੇਸ਼ਾ ਫਸਟ ਆਉਂਦੀ ਹੈ। ਇਸ ਤੋਂ ਇਲਾਵਾ ਐਥਲੈਟਿਕਸ ਦੇ ਵਿੱਚ ਵੀ ਬੱਚੇ ਬਹੁਤ ਅੱਛੀ ਪੁਜੀਸ਼ਨ ਹਾਸਲ ਕਰਦੇ ਨੇ। ਮੈਂ ਹੁਣ ਗੁਜ਼ਾਰਿਸ਼ ਕਰਾਂਗਾ ਪ੍ਰਿੰਸੀਪਲ ਮੈਮ ਨੂੰ ਕਿ ਸਾਡੇ ਸਰੋਤਿਆਂ ਨੂੰ ਨਾਲ ਚੱਲ ਕੇ ਇੱਕ ਵਾਰੀ ਕੈਂਪਸ ਸਾਡੇ ਕੈਮਰੇ ਦੇ ਜ਼ਰੀਏ ਜ਼ਰੂਰ ਉਗਾਉਣ, ਇੱਕ ਵਾਰੀ ਸਾਡੇ ਸਰੋਤਿਆਂ ਨੂੰ ਕੈਂਪਸ ਦਿਖਾਉਗੀ। ਮੈਮ ਇੱਥੇ ਇੰਨਾ ਸਾਫ਼ ਸੁਥਰਾ ਮਾਹੌਲ ਆ, ਇੰਨੀ ਬਹੁਤ ਖੂਬਸੂਰਤ ਬਿਲਡਿੰਗ ਆ, ਇਹਦੇ ਬਾਰੇ ਸਾਡੇ ਸਰੋਤਿਆਂ ਨੂੰ ਦੱਸੋ ਜੀ। ਹਾਈਜੈਨਿਕ ਹੋਣਾ ਬਹੁਤ ਜ਼ਰੂਰੀ ਹੈ, ਅੱਜ ਦੇ ਸਮੇਂ ਦੀ ਜ਼ਰੂਰਤ ਵੀ ਹੈ। COVID-19 ਵਿੱਚ ਵੀ ਹੁਣ ਅਸੀਂ ਬੱਚਿਆਂ ਨੂੰ ਇਹੀ ਸਿਖਾ ਰਹੇ ਹਾਂ, ਜੇ ਸਕੂਲ ਤੋਂ ਹੀ ਬੱਚੇ ਸਿੱਖਿਆ ਪ੍ਰਾਪਤ ਕਰਦੇ, ਸਾਫ਼ ਸੁਥਰਾ ਮਾਹੌਲ ਹੋਊਗਾ ਤਾਂ ਬੱਚੇ ਚੰਗੀ ਤਰ੍ਹਾਂ ਉਹਨਾਂ ਨੂੰ ਸ਼ੁਰੂ ਤੋਂ ਹੀ ਆਦਤ ਪਏਗੀ ਕਿ ਅਸੀਂ ਖੁਦ ਵੀ ਸਾਫ਼ ਸੁਥਰੇ ਰਹਿਣਾ, ਘਰ ਵੀ ਸਾਫ਼ ਸੁਥਰੇ ਰੱਖਣਾ। ਇਹ ਮੈਮ ਬੱਚਿਆਂ ਦੀ ਕ੍ਰੀਏਟੀਵਿਟੀ ਹੈ? ਹਾਂਜੀ, ਇਹ ਸਾਰੀ ਅਲੱਗ ਅਲੱਗ ਕਲਾਸਿਸ ਦੇ ਬੱਚੇ ਜਿਹੜੇ ਆ ਉਹ ਆਰਟ ਕੰਪੀਟੀਸ਼ਨ ਦੇ ਵਿੱਚ ਜਿਨ੍ਹਾਂ ਦੇ ਬੈਸਟ ਹੁੰਦੇ ਨੇ ਉਹ ਫਿਰ ਅਸੀਂ ਡਿਸਪਲੇ ਕਰਦੇ ਹਾਂ, ਡਿਸਪਲੇ ਕਰਦੇ ਨੇ ਕਿ ਦੂਸਰੇ ਬੱਚੇ ਵੀ ਵੇਖ ਵੇਖ ਕੇ ਮੋਟੀਵੇਟ ਹੁੰਦੇ ਰਹਿਣ ਕਿ ਉਹਨਾਂ ਤੋਂ ਕੁਝ ਸਿੱਖ ਪਾਉਣ। ਇਹ ਮੈਮ ਰੂਮ ਬਾਰੇ ਸਾਨੂੰ, ਇਹ ਸਾਡਾ ਐਕਟੀਵਿਟੀ ਰੂਮ ਹੈ, ਜਦੋਂ ਬੱਚਾ ਸਕੂਲ ਦੇ ਵਿੱਚ ਆਉਂਦਾ ਹੈ। ਦੱਸਿਓ ਜੀ ਇਹ ਰੂਮ ਦਾ? ਇਹ ਐਕਟੀਵਿਟੀ ਰੂਮ ਹੈ, ਸਾਡੇ ਸਕੂਲ ਦੇ ਵਿੱਚ ਪਲੇ ਵੇ ਮੈਥਡ ਰਾਹੀਂ ਪੜ੍ਹਾਈ ਕਰਵਾਈ ਜਾਂਦੀ ਹੈ। ਜਦੋਂ ਛੋਟੇ ਬੱਚੇ ਘਰ ਤੋਂ ਆਉਂਦੇ ਨੇ ਉਹਨਾਂ ਨੂੰ ਘਰ ਵਰਗੇ ਨਿੱਘੇ ਮਾਹੌਲ ਦੇ ਵਿੱਚ ਖੇਡਦਿਆਂ ਖੇਡਦਿਆਂ ਉਹਨਾਂ ਨੂੰ ਮਹਿਸੂਸ ਨਾ ਹੋਵੇ ਕਿ ਅਸੀਂ ਘਰ ਆ ਤੇ ਬਾਹਰ ਆ, ਖੇਡਦਿਆਂ ਖੇਡਦਿਆਂ ਹੀ ਸਿੱਖਦੇ ਨੇ ਸਿੱਖਦੇ ਨੇ। ਔਰ ਇਹਨਾਂ ਨੂੰ ਕੌਣ ਇੱਥੇ ਕਿਹੜੇ ਟੀਚਰ ਨੇ ਜਿਹੜੇ ਕਿ ਬੱਚਿਆਂ ਦੇ ਨਾਲ ਆਪਣਾ ਮੈਮ ਦੱਸਿਓ ਜਦੋਂ ਛੋਟੇ ਬੱਚੇ ਆਉਂਦੇ ਆ ਫਿਰ ਕਿੱਦਾਂ ਦਾ ਮਹਿਸੂਸ ਕਰਦੇ ਆ ਇੱਥੇ ਜੀ? ਪਹਿਲੀ ਗੱਲ ਤਾਂ ਸਾਡੇ 'ਤੇ ਡਿਪੈਂਡ ਹੁੰਦਾ ਕਿ ਅਸੀਂ ਉਹਨਾਂ ਨੂੰ ਕਿੱਦਾਂ ਦਾ ਮਾਹੌਲ ਦਿੰਦੇ ਹਾਂ, ਠੀਕ ਹੈ ਜੀ। ਅਸੀਂ ਉਹਨਾਂ ਨੂੰ ਬੈਸਟ ਮਾਹੌਲ ਦੇਵਾਂਗੇ ਨੈਚੁਰਲੀ, ਉਹ ਸਾਨੂੰ ਸਭ ਤੋਂ ਪਹਿਲੇ ਸਾਡੀ ਡਿਊਟੀ ਹੁੰਦੀ ਕਿ ਅਸੀਂ ਉਹਨਾਂ ਨੂੰ ਮਦਰ ਦਾ ਮਾਹੌਲ ਦਿੰਦੇ ਹਾਂ ਕਿ ਸਾਡੇ ਰੂਮ 'ਚ ਆਏ ਨੇ, ਸਾਡੇ ਸਕੂਲ 'ਚ ਆਏ ਨੇ, ਉਹਨਾਂ ਨੂੰ ਮਦਰਸ ਦੀ ਤਰ੍ਹਾਂ ਟ੍ਰੀਟ ਕਰਦੀ ਹਾਂ ਮੈਂ ਐਜ਼ ਏ ਛੋਟੇ ਨੇ। ਅਤੇ ਜ਼ਿਆਦਾਤਰ ਉਹਨਾਂ ਨੂੰ ਹੁੰਦਾ ਕਿ ਸਾਨੂੰ ਪਕੜਨ, ਹਗਿੰਗ ਕਰਨ ਜਾਂ ਕੈਂਡੀਜ਼ ਦੇਣ, ਉਸੇ ਤਰ੍ਹਾਂ ਅਸੀਂ ਉਹਨਾਂ ਨੂੰ ਟ੍ਰੀਟ ਕਰਦੇ ਹਾਂ ਜਾਂ ਪੋਇਮਸ ਸਿਖਾਉਂਦੇ ਹਾਂ। ਸਾਡੇ ਕੋਲ ਚੋਇਸ ਨਹੀਂ, ਅਸੀਂ ਇਹਨਾਂ ਨਾਲ ਟ੍ਰੀਟ ਕਰਕੇ ਉਹਨਾਂ ਨੂੰ ਅੱਛੀ ਤਰ੍ਹਾਂ ਸਿਖਾਉਂਦੇ ਹਾਂ ਕਿ ਬੱਚੇ ਉਹ ਤੁਸੀਂ ਕੁਛ ਬਣਾਓ, ਉਹਨਾਂ ਦੇ ਜਿਹੜਾ ਬ੍ਰੇਨ ਲੈਵਲ ਹੈ ਲੈਵਲ ਕਿਉਂ ਤਾਂ ਪਤਾ ਚੱਲਦਾ ਆ। ਮੈਮ ਤੁਸੀਂ ਸਕੂਲ ਦੀ ਲਾਇਬ੍ਰੇਰੀ ਬਾਰੇ ਥੋੜ੍ਹਾ ਜਿਹਾ ਸਾਡੇ ਸਰੋਤਿਆਂ ਨੂੰ ਦਿਖਾਓ ਜੀ। ਹਾਂਜੀ, ਸਾਡੇ ਕੋਲ ਬਹੁਤ ਵੱਡੀ ਲਾਇਬ੍ਰੇਰੀ ਹੈ ਅਤੇ ਬੱਚਿਆਂ ਦਾ ਬਕਾਇਦਾ ਲਾਇਬ੍ਰੇਰੀ ਪੀਰੀਅਡ ਲੱਗਦਾ ਹੈ ਤਾਂ ਕਿ ਉਹ ਸਿਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਦੂਜੀਆਂ ਕਿਤਾਬਾਂ ਵੀ ਪੜ੍ਹਨ, ਜਿਹਦੇ ਨਾਲ ਉਹਨਾਂ ਨੂੰ ਦੁਨੀਆਂ 'ਚ ਕੀ ਹੋ ਰਿਹਾ ਬਾਕੀ ਸਬਜੈਕਟਾਂ ਦੀ ਜਾਣਕਾਰੀ ਵੀ ਹੈ। ਇਹ ਸਾਡੇ ਲਾਇਬ੍ਰੇਰੀਅਨ ਮੈਡਮ ਨੇ ਦੱਸਣਗੇ ਕਿ ਕਿੰਨੀਆਂ ਬੁੱਕਸ ਨੇ ਸਾਡੇ ਕੋਲ ਇਸ ਵੇਲੇ ਲਾਇਬ੍ਰੇਰੀ 'ਚ। ਮੈਮ ਕਿੰਨੀਆਂ ਕਿਤਾਬਾਂ ਨੇ? ਹਾਂਜੀ, ਸਾਡੇ ਕੋਲ ਸਰ 3000 ਦੀ ਬੁੱਕਸ ਨੇ, ਜਿਹਦੇ ਵਿੱਚ ਸੀਨੀਅਰ ਸਟੂਡੈਂਟਸ ਲਈ ਵੱਖਰੀਆਂ ਨੇ ਔਰ ਆਪਾਂ ਕਿਉਂਕਿ ਸੈਕਸ਼ਨ ਵੱਖਰਾ ਬਣਾਇਆ ਹੋਇਆ ਜਿਹਦੇ ਵਿੱਚ ਆਪਾਂ ਪਜ਼ਲ ਬੁੱਕਸ, 100 ਵਰਡਸ ਬੁੱਕਸ ਆ ਜਾਂਦੀਆਂ ਨੇ ਔਰ ਬੱਚਿਆਂ ਲਈ ਸਟੋਰੀ ਬੁੱਕਸ ਆਪਾਂ ਅਲੱਗ ਰੱਖੀਆਂ ਹੋਈਆਂ ਨੇ, ਜੇ ਕੋਈ ਫਰੀ ਟਾਈਮ ਆ ਕੇ ਆਪਣੀ ਸਟੋਰੀਜ਼ ਪੜ੍ਹਨਾ ਚਾਹੁੰਦਾ ਹੈ ਤਾਂ ਆ ਕੇ ਪੜ੍ਹ ਸਕਦੇ ਹੋ। ਮੈਮ ਜਦੋਂ ਬੱਚੇ ਆਉਂਦੇ ਆ ਫਿਰ ਤੁਹਾਡੇ ਕੋਲੋਂ ਡਿਮਾਂਡ ਕਰਦੇ ਕਿ ਮੈਮ ਸਾਨੂੰ ਆਹ ਕਿਤਾਬ ਦੇ ਦਿਓ ਕਿ ਆਪਣੇ ਆਪ ਹੀ ਲੱਭ ਲੈਂਦੇ ਆ ਜੀ? ਤੁਸੀਂ ਛੋਟੇ ਬੱਚੇ ਨੇ, ਹਜੇ ਉਹਨਾਂ ਨੂੰ ਖੁਦ ਹੀ ਹੈਂਡਲ ਕਰਨਾ ਪੈਂਦਾ, ਖੁਦ ਲੱਭ ਕੇ ਦੇਣੀ ਪੈਂਦੀ ਬੁੱਕਸ ਅਤੇ ਉਹ ਡਿਮਾਂਡ ਕਰਦੇ ਨੇ ਫਿਰ ਹੀ ਆਪਾਂ ਉਹਨਾਂ ਨੂੰ
ਤੇ ਇਹ ਜਿਹੜਾ ਤੁਸੀਂ ਟੇਸਟ ਉਹਨਾਂ ਦਾ ਰੀਡਿੰਗ ਹੈਬਿਟਸ ਡਿਵੈਲਪ ਕੀਤੀਆਂ ਵੇ ਤਾਂ ਬਹੁਤ ਵਧੀਆ ਔਰ ਬੱਚੇ ਵਧੀਆ ਮਹਿਸੂਸ ਕਰਦੇ ਆ ਕਿਤਾਬਾਂ ਪੜ੍ਹ ਕੇ ਜੀ ਹਾਂਜੀ ਸਰ ਬਹੁਤ ਵਧੀਆ ਮਹਿਸੂਸ ਕਰਦੇ ਨੇ ਉਹ ਸਟੋਰੀ ਬੁੱਕਸ ਜ਼ਿਆਦਾ ਪਸੰਦ ਕਰਦੇ ਨੇ ਪੜ੍ਹਨਾ ਕਿਉਂਕਿ ਰਿਲੇਟਡ ਟੂ ਸਬਜੈਕਟ ਨਾਲ ਤਾਂ ਵੈਸੇ ਵੀ ਸਾਰਾ ਦਿਨ ਹੈਂਡਲ ਕਰਦੇ ਹੀ ਨੇ ਅਤੇ ਸਟੋਰੀ ਬੁੱਕਸ ਉਹਨਾਂ ਨੂੰ ਥੋੜ੍ਹਾ ਰਿਲੈਕਸ ਕਰ ਦਿੰਦੀਆਂ ਨੇ ਇਸ ਲਈ ਖਾਲਸਾ ਕਾਲਜ ਪਬਲਿਕ ਸਕੂਲ ਹੇਰ ਦੀ ਬਹੁਤ ਹੀ ਸੋਹਣੀ ਲਾਇਬ੍ਰੇਰੀ ਜੋ ਕਿ ਬੱਚਿਆਂ ਨੂੰ ਇੱਕ ਸ਼ਾਂਤਮਈ ਮਾਹੌਲ ਇਹਨਾਂ ਨੇ ਪ੍ਰੋਵਾਈਡ ਕੀਤਾ ਕਿਤਾਬਾਂ ਪ੍ਰੋਵਾਈਡ ਕੀਤੀਆਂ ਨੇ ਇੱਕ ਸਿਲੇਬਸ ਦੇ ਨਾਲ ਜਿਹੜੀਆਂ ਕਿਤਾਬਾਂ ਉਹ ਤਾਂ ਹੈ ਹੀ ਹੈ ਨੇ ਬਾਕੀ ਗਿਆਨ ਦੀਆਂ ਕਿਤਾਬਾਂ ਨੇ ਬਾਕੀ ਉਹਨਾਂ ਦੇ ਮਨੋਰੰਜਨ ਦੀਆਂ ਕਿਤਾਬਾਂ ਨੇ ਜਿਹੜਾ ਕਿ ਬੱਚੇ ਕਦੀ ਵੀ ਸਕੂਲ ਦੇ ਵਿੱਚੋਂ ਬੋਰ ਨਹੀਂ ਹੁੰਦੇ ਇਸ ਰੂਮ ਬਾਰੇ ਸਾਡੇ ਸਰੋਤਿਆਂ ਨੂੰ ਦੱਸਿਓ ਜੀ ਇਹ ਸਾਡਾ ਮਿਊਜ਼ਿਕ ਰੂਮ ਹੈ ਸਰ ਬੱਚਾ ਅੱਜ ਕੱਲ੍ਹ ਬੱਚਿਆਂ ਨੂੰ ਗਾਉਣ ਦਾ ਵੀ ਬਹੁਤ ਸ਼ੌਂਕ ਹੁੰਦਾ ਹੈ ਅਸੀਂ ਉਹਦੇ ਨਾਲ ਨਾਲ ਉਹਨਾਂ ਦੀ ਜਿਹੜੀ ਅੰਦਰਲੀ ਕਲਾ ਵਾ ਤੁਸੀਂ ਉਹ ਬਾਹਰ ਕੱਢਦੇ ਹੋ ਨਾ ਸ਼ਬਦ ਗਾਇਨ ਪ੍ਰਤੀਯੋਗਿਤਾ ਵੀ ਅਸੀਂ ਕੰਪਲਸਰੀ ਰੱਖੀ ਹੋਈ ਹੈ ਸਰ ਅਸੈਂਬਲੀ 'ਚ ਵੀ ਸ਼ਬਦ ਗਾਇਨ ਹੁੰਦਾ ਹੈ ਅਤੇ ਬੱਚਿਆਂ ਦਾ ਇੱਕ ਬਕਾਇਦਾ ਪੀਰੀਅਡ ਰਹਿੰਦਾ ਇਹ ਕੌਣ ਦੇਖਦੇ ਨੇ ਜੀ ਸਤਿ ਸ਼੍ਰੀ ਅਕਾਲ ਸਾਡੇ ਮਿਊਜ਼ਿਕ ਟੀਚਰ ਨੇ ਸਰ ਮਿਊਜ਼ਿਕ ਰੂਮ ਬਾਰੇ ਸਾਡੇ ਸਰੋਤਿਆਂ ਨੂੰ ਦੱਸਿਓ ਜੀ ਬੱਚੇ ਕਿੰਨਾ ਟਾਈਮ ਇੱਥੇ ਰੁਕਦੇ ਨੇ ਕੀ ਸਿੱਖਦੇ ਨੇ ਜੀ ਬੱਚੇ ਬਹੁਤ ਕੁਛ ਸਿੱਖ ਕੇ ਜਾਂਦੇ ਨੇ ਤਾਂ ਇਹਦਾ ਤਾਂ ਕਾਫੀ ਇੰਟਰਸਟ ਜਿਹੜਾ ਅੱਜ ਕੱਲ੍ਹ ਉਹ ਜਿਹੜਾ ਉਹ ਅਸੈਪਟ ਕਰਦੇ ਨੇ ਇਸ ਚੀਜ਼ ਨੂੰ ਮਿਊਜ਼ਿਕ ਪ੍ਰਤੀ ਉਹਨਾਂ ਦਾ ਕਾਫੀ ਲਗਾਵ ਹੈ ਕਾਫੀ ਅੱਛਾ ਜਿਹੜਾ ਉਹ ਇਸ ਚੀਜ਼ ਨੂੰ ਪਿਕਅਪ ਕਰਦੇ ਨੇ ਪਿਕਅਪ ਕਰਦੇ ਨੇ ਔਰ ਪੂਰਾ ਉਹਨਾਂ ਨੂੰ ਇੱਕ ਜਿੱਦਾਂ ਮਾਹੌਲ ਦਿੰਦੇ ਹੋ ਤੁਸੀਂ ਜਿਹੜੀ ਉਹਨਾਂ ਦੇ ਅੰਦਰ ਕਲਾ ਵਾ ਉਹਨੂੰ ਵੀ ਬਾਹਰ ਕੱਢਦੇ ਹਾਂ ਜੀ ਬਿਲਕੁਲ ਵਨ ਬਾਏ ਵਨ ਸਭ ਨੂੰ ਜਿਹੜਾ ਉਹ ਮੌਕਾ ਦਿੱਤਾ ਜਾਂਦਾ ਹੈ ਅਸੈਂਬਲੀ ਦੇ ਉੱਤੇ ਕਿੰਤਰ ਖਾਲਸਾ ਫੰਕਸ਼ਨ ਦੇ ਉੱਤੇ ਜਿਹੜੀ ਕਿ ਸਾਡੇ ਹਰ ਸਾਲ ਜਿਹੜੇ ਹੁੰਦੇ ਨੇ ਅਤੇ ਸਕੂਲ ਦੇ ਅੰਦਰ ਵੀ ਜਿਹੜਾ ਕੋਈ ਫੰਕਸ਼ਨ ਆ ਜਾਂਦਾ ਹੈ ਉਹਨਾਂ ਨੂੰ ਜਿਹੜਾ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੱਖ ਵੱਖ ਐਕਟੀਵਿਟੀ ਦੇ ਵਿੱਚ ਜਿਹੜਾ ਪਰਫੋਰਮ ਕਰਾਉਂਦੇ ਨੇ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਇਹ ਇੰਨਾ ਵਧੀਆ ਮਾਹੌਲ ਮਿਊਜ਼ਿਕ ਰੂਮ ਦਾ ਜੋ ਕਿ ਬੱਚੇ ਇੱਥੇ ਆਣ ਕੇ ਸਿੱਖਦੇ ਨੇ ਤਬਲਾ ਵਜਾਉਂਦੇ ਨੇ ਹਾਰਮੋਨੀਅਮ ਵਜਾਉਂਦੇ ਨੇ ਜਾਂ ਜਿਹੜੇ ਹੋਰ ਵੀ ਇਹ ਇੱਥੇ ਇੰਸਟਰੂਮੈਂਟਸ ਨੇ ਉਹਨਾਂ ਦੀ ਵਰਤੋਂ ਕਰਕੇ ਆਪਣੀ ਕਲਾ ਜਿਹੜੀ ਆ ਉਹ ਬਾਹਰ ਕੱਢਦੇ ਨੇ ਇਹ ਖਾਲਸਾ ਕਾਲਜ ਪਬਲਿਕ ਸਕੂਲ ਹੇਰ ਦੇ ਪ੍ਰਿੰਸੀਪਲ ਸੀਗੇ ਸਾਡੇ ਨਾਲ ਜਿਨ੍ਹਾਂ ਨੇ ਬੜੇ ਹੀ ਵਿਸਥਾਰ ਦੇ ਨਾਲ ਅਕੈਡੈਮਿਕ ਪੱਖ ਕਲਚਰਲ ਐਕਟੀਵਿਟੀਜ਼ ਸਪੋਰਟਸ ਜਾਂ ਇੱਥੋਂ ਦੇ ਪੜ੍ਹ ਚੁੱਕੇ ਬੱਚਿਆਂ ਦੀ ਗੱਲ ਕੀਤੀ ਬਹੁਤ ਬਹੁਤ ਧੰਨਵਾਦ ਮੈਮ ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ ਮੈਂ ਆਪਣੇ ਸਰੋਤਿਆਂ ਨੂੰ ਜਿਹੜੇ ਸਾਡੇ ਖਾਲਸਾ ਕਾਲਜ ਪਬਲਿਕ ਸਕੂਲ ਹੇਰ ਨੂੰ ਇਸ ਟਾਈਮ ਵੇਖ ਰਹੇ ਆ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇੰਨਾ ਵਧੀਆ ਰੂਰਲ ਏਰੀਏ ਦਾ ਪੀਸਫੁੱਲ ਮਾਹੌਲ ਜਿਹੜਾ ਵਾ ਬਹੁਤ ਘੱਟ ਆ ਔਰ ਵੱਧ ਤੋਂ ਵੱਧ ਇਸ ਸਕੂਲ ਦੇ ਵਿੱਚ ਐਡਮਿਸ਼ਨ ਲਈ ਜਾਵੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ ਵੇਖ ਰਹੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ